ਬੀਤੇ ਦਿਨੀ ਗੈਰ ਕਾਨੂੰਨੀ ਕਾਲੋਨੀਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਦੇ ਅਧਿਕਾਰੀ ਕਸ਼ਿਸ਼ ਦੇ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਕਲੋਨਾਈਜ਼ਰ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਅਤੇ ਜੰਮ ਕੇ ਕਾਂਗਰਸ ਦੇ ਖਿਲਾਫ਼ ਮੁਜ਼ਾਹਰੇ ਕੀਤੇ ਗਏ। ਕਲੋਨਾਈਜ਼ਰ ਦੀ ਤਸਵੀਰ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਣ ਕਰਕੇ ਅਕਾਲੀ ਦਲ ਵੱਲੋਂ ਇਹ ਮੁਜ਼ਾਹਰੇ ਕੀਤੇ ਗਏ। ਯੂਥ ਅਕਾਲੀ ਜ਼ੋਨ 1 ਅਤੇ 2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁਗਰੀ ਨੇ ਕਿਹਾ, ਪਹਿਲਾਂ ਕਾਂਗਰਸ ਦੇ ਲੀਡਰ ਗੁੰਡਾਗਰਦੀ ਕਰਦੇ ਸਨ, ਪਰ ਹੁਣ ਉਹਨਾਂ ਦੇ ਚਮਚੇ ਵੀ ਗੁੰਡਾਗਰਦੀ ਕਰਨ ਲੱਗੇ ਨੇ ਅਤੇ ਔਰਤਾਂ ਨਾਲ ਬਦਸਲੂਕੀ ਕਰ ਰਹੇ ਨੇ। ਕਾਂਗਰਸ ਸਰਕਾਰ ਵੱਲੋਂ ਰੋਜ਼ ਗੁੰਡਾਗਰਦੀ ਕੀਤੀ ਜਾ ਰਹੀ ਆ, ਔਰਤਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਆ, ਜਿਹਦੇ ਵਿੱਚ ਗੁਰਨਾਮ ਸਿੰਘ ਵੱਲੋਂ ਪਹਿਲਾਂ ਮੰਤਰੀਆਂ ਸੰਤਰੀਆਂ ਵੱਲੋਂ ਅਤੇ MLA ਸਾਹਿਬ ਵੱਲੋਂ ਕੀਤਾ ਗਿਆ ਸੀ, ਉਹਨਾਂ ਦੇ ਚਮਚਿਆਂ ਵੱਲੋਂ ਵੀ ਅੱਜ ਕੀਤਾ ਗਿਆ। ਇੱਕ ਔਰਤ ਨਾਲ ਕਸ਼ਿਸ਼ ਜਿਹੜੀ ਉੱਥੇ ਕਾਰਵਾਈ ਕਰਨ ਗਈ ਸੀ ਕਾਰਪੋਰੇਸ਼ਨ ਦੀ, ਉਹਦੇ ਨਾਲ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਨਾਲ ਉਹਦੇ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਨਾਲ ਚਪੇੜਾ ਮਾਰਿਆ ਗਿਆ, ਬਦਤਮੀਜ਼ੀ ਕੀਤੀ ਗਈ। ਇਸ ਤੋਂ ਮਾੜਾ ਕੰਮ ਕਾਂਗਰਸ ਸਰਕਾਰ ਨੇ ਚ ਨਹੀਂ ਹੋ ਸਕਦਾ। ਮੈਂ ਸਮਝਦਾ ਕਾਂਗਰਸ ਸਰਕਾਰ ਅੱਜ ਗੁਰਨਾਮ ਸਿੰਘ ਦੇ ਘਰ ਦੇ ਬਾਹਰ ਅਸੀਂ ਧਰਨਾ ਲਾਉਣਾ ਹੈ ਅਤੇ ਉਹ ਤਾਲਾ ਲਾ ਕੇ ਭੱਜ ਗਿਆ ਜਦੋਂ ਡਰ ਕੇ, ਜੇ ਇੰਨਾ ਹੀ ਡਰ ਲੱਗਦਾ ਗਲਤ ਕੰਮ ਕਰੋ ਹੀ ਨਾ। ਇੱਥੋਂ ਪਤਾ ਲੱਗਦਾ ਕਿ ਕਾਂਗਰਸ ਸਰਕਾਰ ਗੁੰਡਾ ਕਰਦਾ। ਹਾਂਜੀ, ਸ਼ਿਕਾਇਤ ਕੀ ਕਰਾਂਗੇ? ਸ਼ਿਕਾਇਤ ਉਹ ਤਾਂ ਆਪਣੀ ਕਾਰਵਾਈ ਕਰਨ ਗਏ ਸੀ, ਇਲੀਗਲ ਕੋਈ ਬਿਲਡਿੰਗ ਬਣ ਰਹੀ ਸੀ, ਕਲੋਨੀ ਬਣ ਰਹੀ ਸੀ, ਕਲੋਨੀ ਦੇ ਖਿਲਾਫ਼ ਕਾਰਵਾਈ ਹੈ, ਕਾਨੂੰਨੀ ਜਵਾਬ ਨੂੰ ਕਾਨੂੰਨੀ ਜਵਾਬ ਨਾਲ ਜਵਾਬ ਦਿੰਦੇ, ਪਰ ਇੱਥੋਂ ਪਤਾ ਲੱਗਦਾ ਵੀ ਕਾਂਗਰਸ ਸਰਕਾਰ ਦੇ ਵਿੱਚ ਔਰਤਾਂ ਸੁਰੱਖਿਅਤ ਨਹੀਂ ਹੈ। ਇਹ ਜੋ ਕੁਛ ਇੱਥੇ ਸ਼ਹਿਰ 'ਚ ਹੋ ਰਿਹਾ ਸਭ ਬਿੱਟੂ ਅਤੇ ਆਸ਼ੂ ਦੀ ਸ਼ਹਿ ਨਾਲ ਹੋ ਰਿਹਾ, ਅਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਕਿ ਇਹ ਗੱਲ ਸਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਵੇ, ਕਿਤੇ ਲੋਕ ਗਲਤ ਫੈਸਲਾ ਨਾ ਲੈਣ ਇਲੈਕਸ਼ਨ ਦੇ ਵਿੱਚ। ਇਹ ਬਿੱਟੂ ਵਰਗਿਆਂ ਨਾਲ, ਆਸ਼ੂ ਵਰਗਿਆਂ ਨਾਲ ਜੋ ਇਹਨਾਂ ਨੇ ਬਦਮਾਸ਼ੀ ਕੀਤੀ ਆ, ਇਹਨਾਂ ਨੂੰ ਇਹਦਾ ਸਬਕ ਜਿਹੜਾ ਲੋਕਾਂ ਨੇ ਇਲੈਕਸ਼ਨ 'ਚ ਹੀ ਦੇਣਾ ਹੁੰਦਾ, ਕਿਉਂਕਿ ਲੋਕਾਂ ਦਾ ਜਿਹੜਾ ਫਤਵਾ ਹੁੰਦਾ ਉਹ ਇਲੈਕਸ਼ਨ 'ਚ ਹੀ ਹੁੰਦਾ। ਜੇ ਆਪਣੇ ਸਮਾਜ ਦੇ ਵਿੱਚ ਔਰਤ ਜਾਤ ਦੀ ਇੱਜ਼ਤ ਨਹੀਂ ਹੈ, ਸ਼ਰੇਆਮ ਕੱਪੜੇ ਪਾੜੇ ਜਾ ਸਕਦੇ ਆ, ਤਾਂ ਲੋਅ ਐਂਡ ਆਰਡਰ ਦਾ ਕੀ ਹੋਊਗਾ? ਇਸ ਤੋਂ ਮਾੜਾ ਲੋਅ ਐਂਡ ਆਰਡਰ ਅੱਜ ਤੱਕ ਕਦੇ ਪੰਜਾਬ ਦੇ ਵਿੱਚ ਐਡੇ ਮਾੜੇ ਹਾਲਾਤ ਨਹੀਂ ਹੋਏ, ਤਾਂ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਸੀਂ ਜਿੰਨਾ ਚਿਰ ਤੱਕ ਇਹ ਗੁਰਨਾਮ ਸਿੰਘ 'ਤੇ ਪਰਚਾ ਦਰਜ ਨਹੀਂ ਹੁੰਦਾ, ਇਹਨੂੰ ਚੱਕ ਕੇ ਅੰਦਰ ਨਹੀਂ ਕੀਤਾ ਜਾਂਦਾ, ਅਸੀਂ ਵੱਖ ਵੱਖ ਥਾਵਾਂ 'ਤੇ ਜਾ ਕੇ ਪ੍ਰਦਰਸ਼ਨ ਕਰਾਂਗੇ ਅਤੇ ਕਾਰਵਾਈ ਕਰਾਵਾਂਗੇ। ਇਸ ਸੰਬੰਧੀ ਜਦੋਂ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਲੋਨਾਈਜ਼ਰ ਦਾ ਕਾਂਗਰਸ ਦੇ ਨਾਲ ਕੋਈ ਸੰਬੰਧ ਨਹੀਂ। ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਅਜਿਹੀ ਹਰਕਤ ਕੀਤੀ ਹੈ ਉਸਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਭਾਰਤ ਭੂਸ਼ਣ ਆਸ਼ੂ ਨੇ ਉਲਟਾ ਅਕਾਲੀ ਦਲ 'ਤੇ ਹੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਲੋਕ ਅਕਾਲੀ ਦਲ ਤੋਂ ਹੀ ਕਾਂਗਰਸ 'ਚ ਸ਼ਾਮਲ ਹੋਏ ਹੋਣੇ ਨੇ ਅਤੇ ਹੁਣ ਉਹ ਇਹ ਗੰਦਗੀ ਸਾਫ਼ ਕਰ ਰਹੇ ਨੇ। ਕੋਈ ਕਾਂਗਰਸ ਦੇ ਨਾਲ ਸੰਬੰਧਿਤ ਨਹੀਂ ਹੈ, ਬੜਾ ਨਿੰਦਨੀ ਹੈ, ਬੜਾ ਗਲਤ ਕੰਮ ਉੱਥੇ ਹੋਇਆ। ਅਸੀਂ CP ਸਾਹਿਬ ਨੂੰ ਵੀ ਕਵਾਂਗੇ ਉਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਧਾਰਾ ਲਾ ਕੇ ਉਹਨੂੰ ਅੰਦਰ ਕੀਤਾ ਜਾਵੇ। ਇਹ ਅਕਾਲੀਜ਼ਮ ਹੀ ਹੈ ਜਿਹੜਾ ਠੀਕ ਕਰਨ ਅਸੀਂ ਲੱਗੇ ਹੋਏ ਹਾਂ, ਇਹੀ ਅਕਾਲੀਆਂ ਨੇ ਫੈਲਾਇਆ ਹੋਇਆ ਸੀਗਾ ਜਿਹੜਾ ਜਿਹੜਾ ਹੁਣ ਸਾਨੂੰ ਵਿੱਚੋਂ ਚੁਣ ਚੁਣ ਕੇ ਗੰਦੀਆਂ ਮੱਛੀਆਂ ਕੱਢਣੀਆਂ ਪੈ ਰਹੀਆਂ, ਇਹ ਵੀ ਬਖਸ਼ਿਆ ਨਹੀਂ ਜਾਏਗਾ ਜਿਹਨੇ ਗਲਤ ਕੰਮ ਕੀਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।